ਕਹਿੰਦੇ ਕਿ ਇੱਕ ਬੇਬੇ ਹਾਈ ਕੋਰਟ ਪਹੁੰਚ ਗਈ ਪਿਸਟਲ ਪੁਸਟਲ ਲੈ ਕੇ। ਕੀ ਕਰੀਏ ਬਾਈ, ਉਹ ਨਿੱਕਾ ਜੈਲਦਾਰ ਤੇ ਨੀ ਵੇਖੀ ਉਹਨੇ ਕਿਤੇ? ਉਹ ਆ ਵੇਖੀ ਹੋਣੀ ਉਹਨੇ ਪੱਕੀ ਗੱਲ। ਨਿਰਮਲ ਰਿਸ਼ੀ ਜੀ ਪਟਾ ਜਿਹਾ ਪਾਈ ਫਿਰਦੀ ਕੱਪੜਾ ਬੜਾ ਸਵਾ ਜੀ, ਕਰੈਕਟਰ ਤਗੜਾ ਸੀ, ਕਮਾਲ ਉਹ ਤਾਂ ਕਮਾਲ ਕਰ। ਨਿਰਮਲ ਰਿਸ਼ੀ ਬਹੁਤ ਅੱਛੇ ਐਕਟਰ ਹੈ, ਪਦਮ ਸ਼੍ਰੀ ਨਿਰਮਲ ਰਿਸ਼ੀ ਜੀ। ਹਾਂ ਜੀ, ਬਹੁਤ ਵਧੀਆ, ਬਿਲਕੁਲ ਇੰਟੈਲੈਕਚੁਅਲ ਵੀ ਨੇ ਉਹ, ਤੇ ਜ਼ਿੰਦਗੀ ਦਾ ਤਜਰਬਾ ਵੀ ਬਹੁਤ ਜੀ। ਖੈਰ ਦੇਖੋ, ਇਹ ਕੋਈ ਤਰੀਕ ਤੇ ਗਈ ਸੀ ਕਿ ਬੇਬੀ, ਤੇ ਉੱਥੇ ਤੁਹਾਨੂੰ ਪਤਾ ਹਾਈ ਕੋਰਟ ਦੇ ਵਿੱਚ ਨਾ ਸਿਕਿਉਰਿਟੀ ਕਾਫੀ ਟਾਈਟ ਰਹਿੰਦੀ ਆ ਜੀ। ਵੈਸੇ ਤੇ ਮੈਂ ਕਹਿੰਦਾ ਕਿ ਨਾ ਹੀ ਕਿਤੇ ਗੇੜਾ ਵੱਜੇ, ਪਰ ਉੱਥੇ ਵੇਖਣ ਵਾਲਾ ਮਾਹੌਲ ਹੁੰਦਾ ਸੀ। ਇੱਦਾਂ ਲੱਗਦਾ ਕਿ ਦੁਨੀਆ ਦੇ ਵਕੀਲਾਂ ਦਾ ਮੇਲਾ ਲੱਗਾ, ਇੱਥੇ ਸਾਰੇ ਇਕੱਠੇ ਹੋਏ ਜੀ। ਕੋਰਟਾਂ ਹੀ ਨਹੀਂ ਲੱਭਦੀਆਂ ਆਪਣੇ ਵਰਗੇ ਨੂੰ, ਤਾਂ ਇੰਨੇ ਨੰਬਰ ਕੋਰਟ 'ਚ ਚਲੇ ਗਏ, ਇੰਨੇ ਨੰਬਰ, ਬਹੁਤ ਔਖਾ ਕੰਮ ਹੈ ਸਰ। ਚੈਂਬਰ ਨੰਬਰ ਫਲਾਣਾ ਅਤੇ ਫਲਾਣਾ, ਹਾਂ ਬਹੁਤ ਔਖਾ ਜੀ ਸਰ। ਚਲੋ ਖੈਰ, ਉਹ ਵੀ ਬਈ ਰੋਜ਼ੀ ਰੋਟੀ ਹੈ ਕਿਸੇ ਜੀ ਜੀ ਬਿਲਕੁਲ ਠੀਕ ਹੈ ਨਾ, ਅਦਾਲਤ ਕਿਸੇ ਦੀ ਰੋਜ਼ੀ ਰੋਟੀ ਹੈ ਅਤੇ ਕਿਸੇ ਲਈ ਉਹ ਜੇਲ੍ਹ ਦੀ ਰੋਟੀ ਵੀ ਬਣ ਜਾਂਦੀ ਹੈ। ਅਤੇ ਮੁੜ ਕੇ ਜੇਲ੍ਹ ਦੀ ਰੋਟੀ ਦਾ ਬਿੱਲ ਜਿਹੜਾ ਉਹ ਕਿੱਲਿਆਂ 'ਚ ਵੀ ਬਣਦਾ, ਮੈਂ ਗੀਤ ਵੀ ਲਿਖਿਆ ਸੀ ਕਿੱਲਿਆਂ ਦੇ ਵਿੱਚ ਬਿੱਲ ਬਣਦਾ ਬਈ ਜੇਲ੍ਹ ਦੀ ਰੋਟੀ ਦਾ। ਕੀ ਬਾਤ, ਕਿ ਆਪਾਂ ਕਹਿੰਦੇ ਨੇ ਜੇਲ੍ਹ ਦੀ ਰੋਟੀ ਜਿਹੜੀ ਫਰੀ ਹੁੰਦੀ ਹੈ ਜੀ, ਗੱਲ 'ਚੋਂ ਗੱਲ, ਪਰ ਮੈਂ ਦੂਜੇ ਐਂਗਲ ਤੋਂ ਸੋਚਦਾ ਕਿ ਮੈਂ ਉੱਥੇ ਵੇਖਿਆ ਕਿ ਕਈਆਂ ਦੇ ਵਿਚਾਰੇ ਉਸ ਰੋਟੀ ਨੂੰ ਪੂਰੀਆਂ ਕਰਦਿਆਂ ਕਰਦਿਆਂ ਤੜਕੇ ਲਾਉਂਦਿਆਂ ਲਾਉਂਦਿਆਂ ਕਿੱਲੇ ਵੀ ਚਲੇ ਗਏ, ਕਿੱਲੇ ਵੀ ਚਲੇ ਜਾਂਦੇ। ਇਹਦਾ ਬਿੱਲ ਇਸ ਤਰ੍ਹਾਂ ਦਾ ਵੀ ਬਣ ਜਾਂਦਾ, ਆਪਾਂ ਨੂੰ ਲੱਗਦਾ ਕਿ 6 ਰੋਟੀਆਂ ਸਵੇਰੇ 6 ਰੋਟੀਆਂ ਸ਼ਾਮ ਨੂੰ ਆ ਜਾਂਦੀਆਂ, ਉੱਥੇ ਤਾਂ ਸਭ ਕੁਛ ਮੁਫਤ ਆ। ਨਹੀਂ ਸਰ, ਇਹ ਭੁਲੇਖੇ ਆ, ਤਾਂ ਹੀ ਆਪਾਂ ਨੌਜਵਾਨਾਂ ਨੂੰ ਕਹਿੰਦੇ ਹੁੰਦੇ ਹਾਂ ਜੀ ਜੀ ਕਿ ਸੰਕੋਚ ਕਰੋ, ਬਚੋ ਯਾਰ ਇਹਨਾਂ ਚੀਜ਼ਾਂ ਤੋਂ। ਤਾਂ ਖੈਰ ਇਹ ਬੀਬੀ ਉੱਥੇ ਗਈ ਤਰੀਕ ਭੁਗਤਣ, ਜਦ ਤਰੀਕ ਭੁਗਤਣ ਗਈ, ਤਲਾਸ਼ੀ ਕਿਤੇ ਹੋਈ ਜਾਂ ਕੁਝ ਵੀ, ਮਤਲਬ ਕਿ ਕੋਈ ਕੰਮ ਕਾਰ ਸੀਗਾ ਜੀ ਜੀ, ਤਾਂ ਇਹਦੇ ਕੋਲੋਂ ਇਹ ਅਗਨ ਸ਼ਸਤਰ ਬਰਾਮਦ ਹੋਇਆ ਉੱਥੇ, ਤੇ ਹਫੜਾ ਤਫੜੀ ਵੀ ਆ ਕੇ। ਫਿਰ ਉਹਦੇ ਕੋਲ ਜਿਹੜਾ ਲਾਇਸੈਂਸ ਸੀਗਾ ਬੀਬੀ ਕੋਲ, ਉਹ ਦੇਖਿਆ ਗਿਆ, ਚੈੱਕ ਕੀਤਾ ਗਿਆ, ਵੈਲਿਡ ਹੈ ਉਹ ਜੀ, ਪਰ ਉਹ ਲੁਧਿਆਣੇ ਦਾ ਹੈ ਤੇ ਇੱਥੇ ਤੁਸੀਂ ਨਹੀਂ ਉਹਨੂੰ ਕੈਰੀ ਕਰ ਸਕਦੇ ਜੀ, ਯੂਟੀ 'ਚ ਸ਼ਾਇਦ। ਤਾਂ ਹੁਣ ਉਹ ਮਾਮਲਾ ਜਿਹੜਾ ਪੁਲਿਸ ਨੂੰ ਸੌਂਪ ਦਿੱਤਾ ਗਿਆ, ਇਹ ਸਿਆਪਾ ਪਊਗਾ ਸਰ, ਪੈ ਜਾਂਦਾ ਹੁੰਦਾ ਸਿਆਪਾ, ਕਿਉਂਕਿ ਤੁਸੀਂ ਕੋਰਟ ਕੰਪਲੈਕਸ 'ਚ ਵੈਪਨ ਵੈਸੇ ਵੀ ਨਹੀਂ ਲਿਜਾ ਸਕਦੇ ਜੀ ਜੀ, ਜੇ ਤੁਸੀਂ ਅੰਦਰ ਜਾਣਾ ਤਾਂ ਕਤਾ ਹੀ ਵੀ ਨਹੀਂ, ਤੁਹਾਨੂੰ ਵੈਪਨ ਆਪਣਾ ਜਿਹੜਾ ਚਾਹੇ ਉਹ ਉੱਥੇ ਅਲਾਓ ਵੀ ਹੋਵੇ ਤੁਹਾਨੂੰ ਲਾਇਸੈਂਸੀ ਤੌਰ 'ਤੇ, ਅੰਦਰ ਤਾਂ ਨਹੀਂ ਨਾ ਲਿਜਾ ਸਕਦੇ ਬਿਲਕੁਲ, ਇਹ ਬਹੁਤ ਕੁਝ ਅੰਦਰ 'ਤੇ ਮੋਬਾਈਲ ਵੱਜ ਗਿਆ ਤਾਂ ਗਏ ਤੁਸੀਂ। ਚੰਨੀ ਸਾਹਿਬ ਵਾਲੇ ਕੇਸ 'ਚ ਇੱਕ ਵਕੀਲ ਦਾ ਜਿਹੜਾ ਸੀਗਾ, ਮੁਨਸ਼ੀ ਕਹਿ ਲਓ ਜਾਂ ਸਹਾਇਕ ਕਹਿ ਲਓ, ਉਹਨੂੰ ਉਹਨਾਂ ਨੇ ਸਸਪੈਂਡ ਹੀ ਕਰ ਦਿੱਤਾ, ਕਿਉਂਕਿ ਉਹਦਾ ਜਿਹੜਾ ਮੋਬਾਈਲ ਸੀ ਉਹ ਯੂਜ਼ ਹੋ ਰਿਹਾ ਸੀਗਾ ਕੋਰਟ ਦੇ ਵਿੱਚ, ਉਹ ਕਿਸੇ ਨਾਲ ਗੱਲ ਕਰਨ ਲੱਗ ਪਿਆ, ਨਾਲ ਦੀ ਨਾਲ ਚੱਕ ਕੇ ਉਹਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ। ਅਦਾਲਤਾਂ ਬਹੁਤ ਸਟ੍ਰਿਕਟ ਹੁੰਦੀਆਂ ਨੇ, ਫਿਰ ਇਹ ਤਾਂ ਬਹੁਤ ਵੱਡਾ ਮਸਲਾ ਬਣ। ਹਾਂਜੀ ਹਾਂਜੀ, ਤਾਂ ਹੁਣ ਦੇਖੋ ਉਹਦਾ ਕੀ ਨਿਬੜਦਾ। ਵੈਸੇ ਤਾਂ ਚਲੋ ਵਾਰਨ ਕਰਕੇ ਛੱਡ ਦੇਣ ਤਾਂ ਠੀਕ ਆ, ਜੇ ਤੁਹਾਡੇ ਕੋਲ ਵੈਪਨ ਆ, ਤੁਹਾਡੇ ਕੋਲ ਲਾਇਸੈਂਸ ਆ, ਤਾਂ ਸਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਜੀ 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 ਜੀ। ਇੱਕ ਕਮੈਂਟ ਹੈ ਮਿੰਟੂ ਜੀ, ਯਾਦਵਿੰਦਰ ਜੀ ਕਹਿ ਰਹੇ ਨੇ ਕਿ 10 ਵਾਰੀ ਮੈਂ ਕਮੈਂਟ ਕਰਤਾ, ਪਰ ਤੁਸੀਂ ਬਗੀਚਾ ਸਿੰਘ ਰੱਤਾ ਖੇੜਾ ਦੀ ਗੱਲ ਕਿਉਂ ਨਹੀਂ ਕਰ ਰਹੇ? ਕਹਿੰਦੇ ਨਹੀਂ ਸਰ, ਅਸੀਂ ਕਾਹਦੀ ਗੱਲ ਕਰੀਏ? ਕੱਲ੍ਹ ਰਾਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਸਾਡੇ ਕੋਲ ਇਹਦੇ ਬਾਰੇ ਕੋਈ ਹੈ ਹੀ ਨਹੀਂ ਇਨਫੋਰਮੇਸ਼ਨ ਕਿਸੇ ਦਾ, ਇਨਫੋਰਮੇਸ਼ਨ ਨਹੀਂ ਹੈ ਸਾਡੇ ਕੋਲ, ਤਾਂ ਮਾੜੀ ਗੱਲ ਹੈ ਜੀ ਜੀ। ਬਗੀਚਾ ਸਿੰਘ ਰੱਤਾ ਖੇੜਾ ਠੀਕ ਆ ਕਿ ਉਹਨਾਂ 'ਤੇ ਜਿਹੜੀ ਕੋਸ਼ਿਸ਼ ਹੋਈ ਆ, ਕੋਈ ਮਾੜੀ ਗੱਲ ਆ? ਪਰ ਅਸੀਂ ਤਾਂ ਕਹਿੰਦੇ ਹਾਂ ਕਿ ਹਰੇਕ ਨਾਗਰਿਕ 'ਤੇ ਜਿਹੜੇ ਆ ਹੁੰਦੇ, ਕਿਸੇ 'ਤੇ ਸਨੈਚਿੰਗ ਹੋ ਜਾਂਦੀ ਆ, ਕਿਸੇ 'ਤੇ ਹਮਲਾ ਹੋ ਜਾਂਦਾ, ਕਿਸੇ 'ਤੇ ਕੁਛ ਹੋ ਜਾਂਦਾ, ਤੁਸੀਂ ਉਦੋਂ ਦੱਸ ਰਹੇ ਸੀ, ਬਿਲਕੁਲ ਅਸੀਂ ਤਾਂ ਸਾਰਿਆਂ ਦੀ ਗੱਲ ਕਰਦੇ ਹਾਂ, ਸਾਰਿਆਂ ਦੀ ਗੱਲ ਕਰਦੇ ਹਾਂ ਅਤੇ ਸਾਰਿਆਂ ਦੀ ਨਿੰਦਿਆ ਕਰਦੇ ਹਾਂ ਅਸੀਂ ਦੀ। ਹਾਂਜੀ ਬਿਲਕੁਲ, ਇਨਵੈਸਟੀਗੇਸ਼ਨ ਕਰਨ ਜੀ, ਜਾਂਚ ਪੜਤਾਲ ਕਰਨ, ਪਰ ਅੱਜ ਕੱਲ੍ਹ ਰਾਹ ਜਾਂਦਿਆਂ ਕੋਈ ਵੀ ਸੇਫ ਨਹੀਂ ਹੈਗਾ, ਚਾਹੇ ਬਗੀਚਾ ਸਿੰਘ ਰੱਤਾ ਖੇੜਾ ਅਤੇ ਚਾਹੇ ਆ ਬਲਜਿੰਦਰ ਸਿੰਘ ਉਰਫ ਮਿੰਟੂ ਆ, ਸਾਰੇ ਹੀ ਆਪਾਂ ਸੇਫ ਨਹੀਂ ਹਾਂ ਸਰ।